ਕਰੋੜਾਂ ਦੇ ਡਰੱਗ ਮਾਮਲੇ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ। ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਨੇ ਪਟੀਸ਼ਨ ਪਾਈ ਹੈ ਜਿਸ ਤੇ ਸੁਣਵਾਈ ਹੋਵੇਗੀ ਤੇ ਕੋਰਟ ਨੂੰ ਐਸਟੀਐਫ ਅਤੇ ਐਸਆਈਟੀ ਦੀਆਂ ਰਿਪੋਰਟਾਂ ਖੋਲੇ ਜਾਣ ਦੀ ਅਪੀਲ ਵੀ ਜੋ ਹੈ ਉਹ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਕੀਤੀ ਗਈ ਹੈ। ਐਸਟੀਐਫ ਰਿਪੋਰਟ ਦੇ ਖੁਲਾਸੇ ਤੇ ਬਿਕਰਮ ਮਜੀਠੀਆ ਤੇ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ। ਬਿਕਰਮ ਮਜੀਠੀਆ ਨੇ ਖੁਦ ਨੂੰ ਧਿਰ ਬਣਾਏ ਜਾਣ ਦੀ ਅਪੀਲ ਵੀ ਕੀਤੀ ਹੈ ਤੇ ਹਾਈ ਕੋਰਟ ਨੇ ਹੁਣ ਐਸਆਈਟੀ ਦੀ रिपोर्ट नू लेके निर्देश दिते ने ते अज जिहड़ा है ड्रग्स मामले दी हाई कोर्ट दे विच सुनवाई होवेगी। उहनू दस दईए कि सीनियर एडवोकेट नवकिरण सिंह ने इस खिलाफ पटीशन पाई है जिस ते अज हाई कोर्ट दे विच सुनवाई होवेगी।